ਸਤਿਗੁਰ ਜੀ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ, ਅੱਜ ਮੈਂ ਤੁਹਾਡੇ ਨਾਲ ਕੁਝ ਸਵਾਲ ਸਾਂਝੇ ਕਰਨਾ ਚਾਹੁੰਦਾ ਹਾਂ। ਮੇਰੇ ਸਾਰੇ ਸਵਾਲਾਂ ਨੂੰ ਗੌਰ ਨਾਲ ਸੁਣਨਾ ਤੇ ਜਵਾਬ ਦੇਣਾ। ਆਓ ਪਹਿਲਾਂ ਸਤਿਗੁਰ ਜੀ ਦੇ ਦਰਸ਼ਨ ਪਾਈਏ ਤੇ ਜੈ ਜੈਕਾਰ ਕਰੀਏ। ਆਵੋ ਸੰਗਤੇ ਦਰਸ਼ਨ ਪਾਈਏ, ਚਰਨਾਂ ਦੇ ਵਿੱਚ ਸੀਸ ਝੁਕਾਈਏ। ਆਵੋ ਸੰਗਤੇ ਦਰਸ਼ਨ ਪਾਈਏ, ਚਰਨਾਂ ਦੇ ਵਿੱਚ ਸੀਸ ਝੁਕਾਈਏ। ਡੇਰਾ ਸਾਹਿਬ ਮੈੜੀ ਵਿੱਚ ਫੇਰੇ ਜਿਨ੍ਹਾਂ ਪਾਏ ਨੇ, ਫੁੱਲ ਬਰਸਾਓ ਸਾਰੇ, ਫੁੱਲ ਬਰਸਾਓ ਸਾਰੇ। ਸਾਹਿਬ ਭੂਤ ਬਸ ਵਿੱਚ ਕਰੇ ਨੇ, ਸੰਗਤਾਂ ਤੋਂ ਮਾੜੀ ਛਾਇਆ ਕਰਦੇ ਜੋ ਪਰੇ ਨੇ। ਪਿਆਰੀ ਸਾਧ ਸੰਗਤ ਜੀ ਉਚਾਰਿਆ ਹੈ, ਦੱਸੋ ਕਿਹੜੇ ਸਾਹਿਬ ਭੂਤ ਬਸ ਜਿਨ੍ਹਾਂ ਕਰੇ ਨੇ, ਸੰਗਤਾਂ ਤੋਂ ਮਾੜੀ ਛਾਇਆ ਕਰਦੇ ਜੋ ਪਰੇ ਨੇ। ਦੱਸੋ ਸੰਗਤ ਜੀ, ਕਿਹੜੇ ਸਾਹਿਬ ਨੇ ਭੂਤਾਂ ਪ੍ਰੇਤਾਂ ਨੂੰ ਬਸ ਵਿੱਚ ਕੀਤਾ? ਸਤਿਗੁਰੂ ਬਾਬਾ ਬਡਭਾਗ ਸਿੰਘ ਜੀ। ਹਾਂਜੀ, ਸੋਢੀ ਸਾਹਿਬ ਜੀ ਨੇ ਭੂਤ ਬਸ ਵਿੱਚ ਕਰੇ ਨੇ, ਸੰਗਤਾਂ ਤੋਂ ਮਾੜੀ ਛਾਇਆ ਕਰਦੇ ਜੋ ਪਰੇ ਨੇ। ਜੀ ਦੀ ਦੀਦ ਲਈ ਮੇਲੇ ਸੰਗਤਾਂ ਲਗਾਏ ਨੇ, ਫੁੱਲ ਬਰਸਾਓ ਸਾਰੇ, ਫੁੱਲ ਬਰਸਾਓ ਸਾਰੇ। ਮੋਢੀ ਸਾਹਿਬ ਆਏ ਨੇ, ਫੁੱਲ ਬਰਸਾਓ ਸਾਰੇ। ਬਾਬਾ ਜੀ ਦਾ ਸਭ ਨਾਲੋਂ ਗੂੜਾ ਕਿੰਨਾ ਪਿਆਰ ਹੈ, ਬਾਬੇ ਨਾ ਜ਼ਿਕਰ ਜੀ ਦਾ ਆਉਂਦਾ ਵਾਰ ਵਾਰ ਹੈ। ਸੰਗਤ ਜੀ ਆਖਿਆ ਹੈ, ਬਾਬਾ ਜੀ ਦਾ ਸਭ ਨਾਲੋਂ ਗੂੜਾ ਕਿੰਨਾ ਪਿਆਰ ਹੈ, ਬਾਬੇ ਨਾ ਜ਼ਿਕਰ ਜੀ ਦਾ ਆਉਂਦਾ ਵਾਰ ਵਾਰ ਹੈ। ਦੱਸੋ ਸੰਗਤ ਜੀ, ਸੋਢੀ ਸਾਹਿਬ ਬਾਬਾ ਬਡਭਾਗ ਸਿੰਘ ਜੀ ਦਾ ਗੂੜਾ ਕਿਹਦੇ ਨਾਲ ਪਿਆਰ ਹੈ? ਬੀਬੀ ਪਾਨੀ ਜੀ। ਹਾਂਜੀ, ਪਾਨੀ ਭੈਣ ਨਾਲ ਗੂੜਾ ਬਾਬੇ ਦਾ ਪਿਆਰ ਹੈ, ਬਾਬਾ ਜੀ ਦੇ ਨਾਲ ਜੀ ਨੂੰ ਪੂਜਦਾ ਸੰਸਾਰ ਹੈ। ਸੰਤਾਂ ਜਾਂ ਸੁਭਾਨਿਓ ਰੱਬ ਨਾਲ ਲਾਏ ਨੇ, ਫੁੱਲ ਬਰਸਾਓ ਸਾਰੇ, ਫੁੱਲ ਬਰਸਾਓ ਬੀਬੀ ਪਾਨੀ ਜੀ ਵੀ ਆਏ ਨੇ, ਫੁੱਲ ਬਰਸਾਓ ਸਾਰੇ।
प्यारी साह संगत जी आख्या है बाबा जी ने दसो किनू पिंजरे च पाया सी अपना प्यारा जी नू सेवक बनाया सी। संगत जी दसो बाबा जी ने किसनू पिंजरे विच पाया सी? वीर नार सिंह जी। हाँ जी, बाबा जी ने नार सिंह नू पिंजरे च पाया सी, थोड़ी तार सेवा दा हुक्म आप लाया सी, तेरा साहब मैड़ी विच फेरे जी ना पाए ने, फुल बरसाओ सारे पिंड वाले की कहणगे, भाभी की सोचेगी, वीर जी दी इज्जत दा कुछ ख्याल कर लिया कर। बचपन तो लैके अज तक उन्होंने मैनू मां प्यो की कमी महसूस नहीं होण दित्ती, हर मुश्किल विच साडा साथ दित्ता है, फिर असीं उन्हां नाल इस तरह का वर्ताव करदे चंगे लगदे आ। हाय हाय, तुसीं ते भाषा नहीं देण बह गए हो ना, मैं कहड़ा फट मारां तुहाडे वीर जी नूं। जदों रिश्ते शरीकां विच बदल जाण ना तां ओह किसे फट नालों घट नहीं हुंदे। आहो, मेरे सियापा नखत्ती दा के मैं ही शरीके करदी आ, मैं ही वंडियां पाउंदी आ, ओह ते कुछ नहीं करदी। पखंडी किसे थां ते सब ड्रामे बाजी है। ते तू नहीं बोल रही, तेरे अंदर दी मैं ते हंकार बोल रहे ने। ओहो, एहो जी ना मैं हंकारी आ ना, ताडा टब्बर ते भगत ना पूरा ਉਹਨਾਂ ਨਾਲ ਹੀ ਖੁਸ਼ ਰਿਹਾ ਕਰੋ। ਤੂੰ ਕੀ ਜਾਣੇ ਭਗਤੀ ਬਾਰੇ, ਭਗਤੀ ਤੇ ਉਹ ਮਿੱਠਾ ਰਸ ਹੈ ਜਿਹਨੂੰ ਬੰਦਾ ਇੱਕ ਵਾਰ ਸੱਚੇ ਮਨ ਨਾਲ ਕਰ ਲਵੇ ਤਾਂ ਉਹਦੇ ਕਈ ਜਨਮ ਸਫਲ ਹੋ ਜਾਂਦੇ ਨੇ, ਪਾਪ ਧੋਤੇ ਜਾਂਦੇ ਨੇ। ਆਹੋ, ਪਾਪ ਧੋਤੇ ਜਾਂਦੇ ਨੇ ਨਾ, ਤੁਹਾਡੇ ਵੀਰ ਜੀ ਤੇ ਵੱਡੇ ਭਗਤ ਨੇ ਨਾ ਸੋਢੀ ਪਾਤਸ਼ਾਹ ਦੇ, ਤੇ ਬਾਬਾ ਉਹਨਾਂ ਨੂੰ ਕਿਉਂ ਨਹੀਂ ਦੇ ਦਿੰਦਾ ਲਾਦ, ਕਿਉਂ ਤੁਰੇ ਫਿਰਦੇ ਨੇ ਬੇਲ ਲਾਦੇ, ਉਹਨਾਂ ਦਾ ਮਨੂਸਾ ਹੈ ਮੇਰੀ ਕੁੱਖ ਤੇ ਵੀ ਪੈ ਗਏ। ਸੱਤੀ ਦਲਜੀ, ਦਲਜੀ ਆ ਜਾਓ ਵੀਰ ਜੀ, ਲੰਘ ਆਓ। ਪੈਰੀ ਪੈਣੀ ਆ ਵੀਰ ਜੀ। ਖੁਸ਼ ਰਹੋ, ਸੋਢੀ ਪਾਤਸ਼ਾਹ ਤੇਰੇ ਤੇ ਮਿਹਰ ਕਰਨ। ਤੁਹਾਡੇ ਹੁੰਦਿਆਂ ਕਿਵੇਂ ਖੁਸ਼ ਰਹਿ ਸਕਦੀ ਹਾਂ ਮੈਂ? ਦਲਜੀਤ, ਪਰਸੋਂ ਬਾਬਾ ਜੀ ਦਾ ਭੰਡਾਰਾ ਰੱਖਿਆ, ਤੂੰ ਸ਼ਹਿਰ ਜਾ ਕੇ ਰਾਸ਼ਨ ਦਾ ਸਮਾਨ ਲੈ ਆਵੀ, ਅਲ ਫੜ ਇਹ ਕੁਝ ਪੈਸੇ ਰੱਖ ਲੈ, ਅਲ ਲੈਣ ਦਿਓ ਵੀਰ ਜੀ, ਮੇਰੇ ਕੋਲ ਹੈਗੇ ਨੇ, ਹਲੇ ਕੱਲ ਹੀ ਤਾਂ ਦਿੱਤੇ ਨੇ ਤੁਸੀਂ। ਰੱਖ ਲੈ ਰੱਖ ਲੈ, ਕਿਸੇ ਵਕਤ ਵੀ ਲੋੜ ਪੈ ਸਕਦੀ ਹੈ। ਹਾਂ ਸੱਤੀ, ਪਰਸੋਂ ਬਾਬਾ ਜੀ ਦੇ ਭੰਡਾਰੇ 'ਚ ਲੰਗਰ ਦੀ ਸੇਵਾ ਤੂੰ ਕਰਨੀ ਹੈ, ਬਾਬਾ ਜੀ ਨੂੰ ਭੋਗ ਤੇਰੇ ਹੱਥੋਂ ਨਵਾਉਣਾ ਮੈਂ। ਕਿਉਂ ਨਹੀਂ ਵੀਰ ਜੀ, ਸੇਵਾ ਤਾਂ ਕਿਸਮਤ ਵਾਲੇ ਨੂੰ ਮਿਲਦੀ ਹੈ, ਮੈਂ ਜ਼ਰੂਰ ਆਵਾਂਗੀ। ਦੇਖ ਦਲਜੀਤ, ਕਿੰਨੀ ਸਿਆਣੀ ਹੈ ਸਾਡੀ ਸੱਤੀ, ਕਿਸਮਤ ਵਾਲਾ ਹੈ ਤੂੰ ਜੋ ਤੈਨੂੰ ਇਹੋ ਜਿਹੀ ਪਤਨੀ ਮਿਲੀ। ਖੁਸ਼ ਰਹੋ ਦੋਵੇਂ। ਚੰਗਾ, ਮੈਂ ਚੱਲਦਾ। ਚੰਗਾ ਵੀਰ ਜੀ, ਜੈ ਬਾਬੇ ਦੀ। ਜੈ ਬਾਬੇ, ਜੈ ਬਾਬੇ। ਵੇਖ ਲੈ ਸੱਤੀ, ਵੀਰ ਜੀ ਦਾ ਵੱਡਾਪਨ, ਕੰਡਿਆਂ ਦੀ ਝਾੜੀ ਨੂੰ ਮੇਰੀ ਪਤਨੀ ਕਹਿ ਗਈ। ਖਾਣੇ ਆ ਮੇਰੇ ਲਾਲ, ਬਸ ਥੋੜੀ ਕੁ ਦੂਰ ਇੱਕ 5-star ਢਾਬਾ ਆਉਣ ਵਾਲਾ ਏ, ਉੱਥੇ ਖਾਣੇ ਆ। ਸੱਚੀ ਉਸਤਾਦ ਜੀ? ਚੱਲ ਉਸਤਾਦ ਜੀ ਦਾ ਲੱਗਦਾ
ਔਰ ਮੈਂ ਵੀ ਤਾਂ ਤੇਰੇ ਨਾਲ ਹੀ ਤੁਰਿਆ ਜਾਂਦਿਆਂ ਨਾ ਮੈਂ ਕਿਹੜੇ ਆਪਣੇ ਝੋਲੇ 'ਚ ਬਰਗਰ ਲੁਕੋ ਕੇ ਰੱਖੇ ਆ ਜਿਹੜੇ ਕੱਟ ਕੱਟ ਖਾਈ ਜਾਂਦਾ ਮੈਂ ਵੀ ਤਾਂ ਭੁੱਖਾ ਵਾਂ ਤੁਸੀਂ ਤੇ ਜਮਾਂਦਰੀ ਭੁੱਖੇ ਜੇ ਠੀਕ ਹੈ ਨਹੀਂ ਉਸਤਾਦ ਜੀ ਮੇਰੇ ਕਹਿਣ ਦਾ ਮਤਲਬ ਹੈ ਕਿ ਪੰਜ ਪਿੰਡ ਲੰਘ ਗਏ ਆ ਹੋਰ ਕਿੰਨੇ ਕੁ ਲੰਘਾਉਣੇ ਜੇ ਬਸ ਜਿੱਥੇ ਕੋਈ ਬੰਦਾ ਮਿਲ ਗਿਆ ਤੇ ਕੁੰਡੀ ਪਾ ਲੈਣੀ ਹੈ ਤੇ ਮੁਰਗਾ ਫਸਾ ਲੈਣਾ ਹੈ ਕੁੰਡੀ 'ਚ ਮੁਰਗਾ ਉਸਤਾਦ ਜੀ ਕੁੰਡੀ 'ਚ ਮੱਛੀ ਫਸਦੀ ਤਾਂ ਸੁਣੀ ਸੀ ਪਰ ਮੁਰਗਾ ਫਸਦਾ ਪਹਿਲੀ ਵਾਰੀ ਸੁਣਿਆ ਜੇ ਓਏ ਮੂਰਖਾ ਕੁੰਡੀ ਮਜ਼ਬੂਤ ਹੋਣੀ ਚਾਹੀਦੀ ਏ ਜੋ ਮਰਜ਼ੀ ਫਸਾ ਲਓ ਹੈ ਚੱਲ ਗਾਂ ਚੱਲੀਏ ਕੁੰਡੀ ਲੈਣ ਓਏ ਗਾਂ ਚੱਲ ਵੱਟੀ ਜੀ ਵੱਟੀ ਜੀ ਇਹ ਤਾਂ ਕੁੰਡੀ ਨਹੀਂ ਆ ਵੱਟੀ ਜੀ ਮੈਂ ਤੇ ਘੁੰਡ ਚੁੱਕਤਾ ਤੁਸੀਂ ਵੀ ਚੁੱਕੋ ਹੁਣ ਚੁੱਕੋ 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 ਨਹੀਂ ਚੁੱਕਣਾ ਤੁਸੀਂ ਲੱਗਦਾ ਕੱਤੀ ਪਾਈ ਮੇਰੇ ਨਾਲ ਅੱਬਾ ਨਹੀਂ ਚੁੱਕਣਾ ਆ ਵੇਖੋ ਮੈਂ ਸਾਰਾ ਨਾ ਮੈਂ ਸਾਰਾ ਘੁੰਡ ਚੁੱਕ ਲਿਆ ਆਪਣਾ ਚੁੱਕੋ ਚਲੋ ਮੈਂ ਆਪੇ ਚੁੱਕ ਦਿੰਦਾ ਚੁੱਕੋ ਘੁੰਡ ਉੱਟੀ ਭੱਜ ਗਈ ਜੇ ਮੈਂ ਸਾਲਿਓ ਛੱਡ ਦੇ ਮੇਰੇ ਨਿੱਕੇ ਸਾਲੇ ਮੇਰੇ ਸਾਲਿਓ ਮੇਰਾ ਹੁਣੇ ਵਿਆਹ ਹੋਇਆ ਸੀ ਮੇਰੇ ਕਿੰਨੇ ਸਾਲੇ ਮੇਰੀ ਵੋਟੀ ਬੜੀ ਸੋਹਣੀ ਸੀ ਤੂੰ ਲੱਗਦਾ ਤੂੰ ਕੋਈ ਸੁਪਨਾ ਦੇਖ ਲਿਆ ਚੱਲ ਛੱਡ ਜਾਣਾ ਨੀ ਸਾਡੇ ਨਾਲ ਕਿੱਥੇ ਵਿਆਹ ਕਰਾਉਣ ਉਹ ਨਹੀਂ ਗੁੱਲੀ ਡੰਡਾ ਖੇਡਣ ਗੁੱਲੀ ਡੰਡਾ ਖੇਡਣ ਦਾ ਵਿਆਹ ਆਜੂਗਾ ਉਹ ਵਿਆਹ ਵੀ ਹੋ ਜੂਗਾ ਤੂੰ ਚੱਲ ਤੇ ਸਹੀ ਹੈਂ ਚਲੋ ਗੁੱਲੀ ਡੰਡਾ ਖੇਡੀਏ ਵਿਆਹ ਕਰਾਈਏ ਗੁੱਲੀ ਡੰਡਾ ਖੇਡੀਏ ਵਿਆਹ ਕਰਾਈਏ ਮੇਰੇ ਕੋਲ ਤੇ ਹੋਰ ਨਹੀਂ ਤੁਰਿਆ ਜਾਂਦਾ ਮੇਰੀ ਤੇ ਬੱਸ ਹੋ ਗਈ ਜੇ ਚੱਲ ਫਿਰ ਇੱਥੇ ਹੀ ਲਾ ਲੈਨੇ ਆ ਡੇਰੇ ਓ ਮਰ ਗਿਆ ਓ ਮੇਰਾ ਸਿਰ ਗਿਆ ਓਏ ਉਸਤਾਦ ਜੀ ਮੇਰਾ ਸਿਰ ਗਿਆ ਓਏ ਓ ਮੇਰਾ ਸਿਰ ਗਿਆ ਓਏ ਵਾਹ ਓਏ ਰੱਬਾ ਭੁੱਖ ਨਾਲ ਅੱਗੇ ਜਾਨ ਨਿਕਲਣ ਡਈ ਏ ਤੇ ਤੂੰ ਆ ਆ ਗੁੱਲੀਆਂ ਜੀਆਂ ਮਾਰੀ ਜਾਂਦਾ ਓਏ ਮਾਰਨਾ ਹੀ ਤੇ ਕੋਈ ਫੁਲਕਾ ਮਾਰ ਕੋਈ ਸਬਜ਼ੀ ਮਾਰ ਘੱਟੋ ਘੱਟ ਸਾਡਾ ਵੀ ਤੇ ਕੁਝ ਬਣੇ ਓਏ ਆਪਣੀ ਬਗ ਬਗ ਬੰਦ ਕਰ ਤੇ ਮੇਰਾ ਸਿਰ ਘੁੱਟ ਆਏ ਮਰ ਗਿਆ ਓ ਮਰ ਗਿਆ ਗੁੱਲੀ ਬੜੀ ਦੂਰ ਚੱਲ ਗਈ ਊ ਉਹ ਕੋਨੇ ਜਾ ਗੁੱਲੀ ਲੈ ਕੇ ਆ ਜੇ ਗੁੱਲੀ ਨਾ ਮਿਲੀ ਤੇ ਤੇਰਾ ਵਿਆਹ ਨਹੀਂ ਹੋਣਾ ਐਵੇਂ ਨਹੀਂ ਹੋਣਾ ਵਿਆਹ ਹਾਂ ਵਿਆਹ ਨਹੀਂ ਹੋਣਾ ਵੇਖੀ ਹੋਣਾ ਮੈਂ ਗੁੱਲੀ ਲੈ ਕੇ ਆਉਂਦਾ ਤੇ ਵਿਆਹ ਕਰਾਉਂਦਾ ਵਿਆਹ ਨਹੀਂ ਹੋਣਾ ਇੱਥੇ ਹੁਣੇ ਵੇਖੀ ਗੁੱਲੀ ਲੈ ਕੇ ਆਉਂਦਾ ਅੰਕਲ ਜੀ ਅੰਕਲ ਜੀ ਓਏ ਓਏ ਤੈਨੂੰ ਅੰਕਲ ਜੀ ਦੀਦੇ ਆ ਓ ਆਂਟੀ ਜੀ ਓਏ ਆਂਟੀ ਜੀ ਨਹੀਂ ਇਹ ਸਾਡੇ ਬਾਬਾ ਜੀ ਨੇ ਉਹ ਵੀ ਬੜੇ ਪਹੁੰਚੇ ਹੋਏ ਨੇ ਹੈਂ ਕਿੱਥੋਂ ਤੱਕ ਪਹੁੰਚੇ ਨੇ ਹਜੇ ਤੇ ਇੱਥੇ ਹੀ ਪਹੁੰਚੇ ਨੇ ਅੱਗੇ ਪਤਾ ਨਹੀਂ ਕਿੱਥੇ ਕੁ ਪਹੁੰਚਣਾ
दस बच्चा तेनु की परेशानी है? बाबा जी ओ ओ मेरी गुल्ली फड़ा दो इधर, फिर ना गयो जो गुल्ली ना मिली ना मेरा ब्याह नहीं होना फिर। अच्छा ते ए गुल्ली तेरी सी? मेरी आ फड़ाओ भी। ओए हुणे बाबा जी दा घगर खोल चलिया ही। बच्चा तेरे मथे दियां लीकां दसदियां ने, तू इत्थे की करना है दसो फिर? की करना है इत्थे? मैं गुल्ली लैणा है और की है। हैं तुहानू किद्दां पता लगा? बच्चा असीं सब जाणदे आ, असीं इह वी जाणदे आ कि तू व्याह कराउणा चाहुंदा है। हैं? हां बाबा जी सच्ची। बाबा जी मेरा ना कोई नहीं गगे पिछे, मेरा पापा मेरी बीबी दोवें मर गए आ, मेरे को ना बस कला कला एको मकान जे, ते मैं भी कला कला। बाबा जी जे मेरा ब्याह हो जाए ना ते फिर मेरी वोटी आऊगी, ते जदों वोटी आऊगी फिर बच्चे होणगे, ते बच्चे जदों वड्डे होणगे ना ते फिर बाबा जी मैं उन्हां नाल गुल्ली डंडा खेडा करूंगा। बाबा जी गुल्ली डंडा ब्याह करा दो बाबा जी। बच्चा असीं सब जानदे हां इस दुनिया विच तेरा कोई नहीं, तेरा माँ प्यो भी है नहीं, तू इस दुनिया च कल्ला ही है, बस तेरे कोल एक घर ही है। वाह बाबा जी, ओ वाह, ओ बाबा जी तू ही ते जानी जान, बाबा जी तानू ते सारा कुछ पता। वाह बाबा जी वाह, बाबा जी तानू ए सारा कुछ किद्दां पता लगा बाबा जी? वाह हुणे ही पता लगा बच्चा, ਜਦੋਂ ਤੁਸੀਂ ਇਹ ਗੱਲਾਂ ਕਰ ਰਹੇ ਸੀ ਬਾਬਾ ਜੀ ਤੁਹਾਨੂੰ ਸੁਣਨ 'ਚ ਮਗਨ ਸਨ। ਬੱਚਾ ਤੂੰ ਫਿਕਰ ਨਾ ਕਰ, ਅਸੀਂ ਤੇਰਾ ਵਿਆਹ ਕਰਾਵਾਂਗੇ ਸੱਚੀ, ਪਰ ਤੇਰੇ ਵਿਆਹ ਲਈ ਸਾਨੂੰ ਤਪ ਕਰਨਾ ਪਏਗਾ। ਤਪ? ਉਹਦੇ ਵਾਸਤੇ ਰਹਿਣ ਲਈ ਸਾਨੂੰ ਜਗ੍ਹਾ ਚਾਹੀਦੀ ਹੈ ਤੇ ਖਾਣ ਲਈ ਭੋਜਨ ਚਾਹੀਦਾ। ਭੋਜਨ? ਓ ਬਾਬਾ ਜੀ ਓ ਤੁਸੀਂ ਮੇਰੇ ਘਰ ਚੱਲੋ। ਹਾਂ ਮੇਰੇ ਕੋਲ ਕੱਲਾ ਮਕਾਨ ਆ, ਮੈਂ ਵੀ ਕੱਲਾ ਹੀ ਰਹਿੰਦਾ, ਤੇ ਰੋਟੀ ਰੋਟੀ ਦਾ ਕੀ ਹੈ ਬਾਬਾ ਜੀ? ਜਿੱਥੇ ਮੈਂ ਮੰਗ ਕੇ ਖਾਣਾ ਤੁਸੀਂ ਵੀ ਖਾ ਲਿਆ ਕਰਿਓ। ਹੈ ਚਲੋ ਮੇਰੇ ਨਾਲ ਚਲੋ ਬਾਬਾ ਜੀ, ਮੇਰੇ ਘਰ ਚੱਲੋ, ਉੱਠੋ ਮੇਰੇ ਘਰ। ਓਏ ਬਾਬਾ ਜੀ ਦੀ ਬਾਂਹ ਕੱਢਣੀ ਹੂੰ, ਬਾਬਾ ਜੀ ਫਿਰ ਜੰਗਲ ਪਾਣੀ ਕਿਵੇਂ ਜਾਣਗੇ? ਕੋਈ ਨੀ ਚੱਲ ਜਾਣਗੇ, ਉੱਠੋ ਉੱਠੋ ਚਲੋ ਬਾਬਾ ਜੀ। ਮੈਂ ਤੁਹਾਨੂੰ ਰੋਟੀ ਖਵਾਊਂਗਾ, ਮੈਂ ਤੁਹਾਨੂੰ ਦੁੱਧ ਵੀ ਪਿਆਉਂਗਾ ਮੰਗ ਕੇ, ਆ ਜਾਓ। ਅੱਛਾ ਬੱਚਾ ਜੇ ਤੂੰ ਇੰਨੀ ਸ਼ਰਧਾ ਵਿਖਾ ਰਿਹਾ ਤੇ ਅਸੀਂ ਤੇਰੇ ਨਾਲ ਹੀ ਤੇਰੇ ਘਰ ਚੱਲ ਪੈਂਦੇ ਹਾਂ। ਤਾਇਆ ਸੁਣਦਾ ਕੀ ਹੋਇਆ? ਕੋਨੇ ਕਰਕੇ ਬਾਬਾ ਆਇਆ ਈ, ਕਹਿੰਦੇ ਨੇ ਕੋਈ ਵੀ ਕੰਮ ਅੜਿਆ ਹੋਵੇ ਨਾ ਮਿੰਟਾਂ 'ਚ ਕੱਢ ਦਿੰਦੇ ਈ। ਅੱਛਾ ਮੈਂ ਕਿਹਾ ਜੀ ਸੁਣਦੇ ਹੋ? ਓ ਹੋ ਆ ਕੀ ਖਬਰ ਕੀ ਬੜੀ ਜਾਣਦੇ ਹੋ। ਮੈਂ ਕਿਹਾ ਜੀ ਚਲੋ ਆਪਾਂ ਵੀ ਬਾਬੇ ਦੇ ਦਰਸ਼ਨ ਕਰਕੇ ਆਈਏ। ਬਾਬੇ? ਕਿਹੜੇ ਬਾਬੇ ਦੇ? ਓ ਹੋ ਤੁਸੀਂ ਵੀ ਨਾ, ਪਿੰਡ 'ਚ ਇੱਕ ਬੜਾ ਹੀ ਕਰਾਮਾਤੀ ਬਾਬਾ ਆਇਆ ਹੈ, ਕਹਿੰਦੇ ਆ ਮੂੰਹੋਂ ਮੰਗੀ ਮੁਰਾਦ ਪੂਰੀ ਕਰਦਾ, ਲੋਕੀ ਦੂਰੋਂ ਦੂਰੋਂ ਆਉਂਦੇ ਤੇ ਅਸੀਂ ਲੱਗੇ ਹੋ ਕਿ ਵੀ ਨਾ ਜਾਈਏ। ਮਾਲਕ ਦਾ ਦਿੱਤਾ ਸਭ ਕੁਝ ਹੈ ਸਾਡੇ ਕੋਲ, ਫਿਰ ਅਸੀਂ ਕੀ ਕਰਾਂਗੇ ਉੱਥੇ ਜਾ ਕੇ? ਕਹਿੰਦੇ ਆ ਬਾਬੇ ਦੀ ਭਭੂਤੀ ਖਾਣ ਨਾਲ ਔਰਤ ਦੀ ਸੁੰਨੀ ਗੋਦ ਹਰੀ ਹੋ ਜਾਂਦੀ ਹੈ। ਅਸੀਂ ਵੀ ਤੇ ਕਿੰਨੇ ਸਾਲਾਂ ਤੋਂ ਬੱਚੇ ਨੂੰ ਤਰਸਣ ਡਏ ਆ। ਮੈਂ ਕਿਹਾ ਜੀ ਚਲੋ ਆਪਾਂ ਵੀ ਚੱਲੀਏ, ਸ਼ਾਇਦ ਗੱਲ ਸੱਚੀ ਹੋ ਤੇ। ਮੇਰੀ ਗੱਲ ਧਿਆਨ ਨਾਲ ਸੁਣ, ਉਸ ਮਾਲਕ ਤੋਂ ਵੱਡਾ ਕੋਈ ਨਹੀਂ ਹੈ, ਜੇ ਮੰਗਣਾ ਹੈ ਤੇ ਉਸ ਕੋਲੋਂ ਮੰਗ। ਵੀਰ ਜੀ ਹੁਣਾਂ ਵੱਲ ਹੀ ਵੇਖ ਲੈ, ਉਹ ਵੀ ਤਾਂ ਬਾਬੇ ਤੇ ਜਾ ਸਕਦੇ ਸੀ ਪਰ ਨਹੀਂ ਗਏ, ਉਹਨਾਂ ਨੂੰ ਆਪਣੇ ਸੋਢੀ ਪਾਤਸ਼ਾਹ ਤੇ ਪੂਰਾ ਭਰੋਸਾ ਹੈ। ਮੇਰੀ ਗੱਲ ਮੰਨ ਤੇ ਤੂੰ ਵੀ ਇੱਕ ਵਾਰ ਭਰੋਸਾ ਕਰਕੇ ਵੇਖ, ਤੈਨੂੰ ਫਲ ਜ਼ਰੂਰ ਮਿਲੇਗਾ, ਐਵੇਂ ਨਹੀਂ ਬਾਬਿਆਂ ਦੇ ਚੱਕਰਾਂ 'ਚ ਪਈਦਾ। ਬਾਬਾ ਜੀ ਤੁਸੀਂ ਆ ਲੋਕਾਂ ਦਾ ਕੰਮ ਕਰੀ ਜਾਂਦੇ, ਮੇਰਾ ਕੰਮ ਕੁੰਮ ਕਰਦੇ ਨੀ ਹਲੇ, ਤੁਸੀਂ ਮੇਰੇ ਘਰ ਰਹਿੰਦੇ ਪਏ ਮੇਰਾ ਕੰਮ ਹੀ ਨੀ ਕਰਦੇ ਪਏ, ਮੇਰਾ ਵਿਆਹ ਵੀ ਕਰਵਾਓ ਵੀ।
ਬੱਚਾ ਅਸੀਂ ਸਭ ਤੰਤਰ ਮੰਤਰ ਮਾਰ ਕੇ ਵੇਖ ਲਏ ਨੇ, ਅਸੀਂ ਅੰਤਰ ਧਿਆਨ ਹੋ ਕੇ ਵੇਖ ਲਿਆ, ਤੇਰਾ ਵਿਆਹ ਆਉਂਦੀ ਪੂਰਨਮਾਸ਼ੀ ਤੱਕ ਹੋ ਜਾਏਗਾ। ਪੂਰਨਮਾਸ਼ੀ ਨੂੰ ਹੋ ਜਾਊਗਾ? ਹਾਂ। ਵਾਹ ਬਾਬਾ ਜੀ, ਬਾਬਾ ਜੀ ਸੱਚੀ ਹੋ ਜਾਊਗਾ ਨਾ? ਪਰ ਇੱਕ ਗੱਲ ਦਾ ਖਿਆਲ ਰੱਖੀ। ਕਿਹੜੀ ਕਿਹੜੀ ਕਿਹੜੀ? ਆਉਂਦੀ ਪੂਰਨਮਾਸ਼ੀ ਤੱਕ ਤੂੰ ਸਾਡੇ ਮੱਥੇ ਨਹੀਂ ਲੱਗਣਾ ਚਾਹੀਦਾ। ਜੇ ਤੂੰ ਸਾਡੇ ਮੱਥੇ ਲੱਗਾ ਤੇ ਤੇਰਾ ਵਿਆਹ ਜ਼ਿੰਦਗੀ ਭਰ ਨਹੀਂ ਹੋ ਸਕਦਾ। ਮੈਨੂੰ ਨਹੀਂ ਪਤਾ ਬਾਬਾ ਜੀ, ਮੇਰਾ ਵਿਆਹ ਕਰਾਓ। ਬਾਬਾ ਜੀ ਇੱਕ ਚਲੀਕਾ ਹੈਗਾ ਜੀ, ਮੈਂ ਕਿਸੇ ਦੇ ਮੱਥੇ ਨਹੀਂ ਲੱਗੂਗਾ ਤੇ ਮੇਰਾ ਵਿਆਹ ਹੋਊਗਾ ਹੀ ਹੋਊਗਾ। ਮੈਂ ਬਾਬਾ ਜੀ ਤੁਹਾਡੇ ਮੱਥੇ ਨਹੀਂ ਲੱਗੂਗਾ, ਮੈਂ ਪਿੰਡ ਵਾਲਿਆਂ ਦੇ ਮੱਥੇ ਵੀ ਨਹੀਂ ਲੱਗੂਗਾ, ਮੈਂ ਆਪਣੇ ਮੱਥੇ ਵੀ ਨਹੀਂ ਲੱਗੂਗਾ। ਠੀਕ ਹੈ ਠੀਕ ਹੈ ਬਾਬਾ ਜੀ, ਮੈਂ ਨਾ ਹੁਣ ਪੂਰਨਮਾਸ਼ੀ ਨੂੰ ਆਊਂਗਾ ਤੇ ਵਿਆਹ ਕਰਾਊਂਗਾ। ਪਰ ਬਾਬਾ ਜੀ ਮੇਰੇ ਘਰ ਦਾ ਧਿਆਨ ਰੱਖਿਓ, ਕਿਤੇ ਭੱਜ ਨਾ ਜਾਏ ਤੇ ਮੇਰੇ ਵਾਸਤੇ ਵੋਟੀ ਵੀ ਲੱਭ ਕੇ ਰੱਖਣੀ ਜੇ। ਸੋਹਣੀ ਵੋਟੀ ਲੱਭ ਕੇ ਰੱਖਾਂਗੇ ਤੇਰੇ ਵਾਸਤੇ। ਬਾਬਾ ਸੋਹਣੀ, ਇੰਨੀ ਬੜੀ ਸੋਹਣੀ, ਗੋਰੀ ਚਿੱਟੀ ਗੋਰੀ ਆਏ ਗੋਰੀ ਚਿੱਟੀ। ਠੀਕ ਹੈ ਬਾਬਾ ਜੀ, ਬਸ ਮੈਂ ਪੂਰਨਮਾਸ਼ੀ ਨੂੰ ਆਊਂਗਾ। ਠੀਕ ਹੈ, ਆਏ ਕਿਸੇ ਦੇ ਮੱਥੇ ਨਹੀਂ ਲੱਗਣਾ ਤੂੰ। ਮਾਂ ਨਾ, ਕਿਸੇ ਦੇ ਮੱਥੇ ਨਹੀਂ ਲੱਗਣਾ ਮੈਂ, ਕਿਸੇ ਦੇ ਮੱਥੇ ਨਹੀਂ ਲੱਗਣਾ ਨਾ। ਲਓ ਉਸਤਾਦ ਜੀ, ਹੁਣ ਸਾਨੂੰ ਇਸ ਘਰ ਦੇ ਵਿੱਚ ਕੋਈ ਰੋਕ ਟੋਕ ਨਹੀਂ, ਖੁੱਲਾ ਖਾਓ ਤੇ ਨੰਗੇ ਨਾਓ। ਬਕਵਾਸ ਘੱਟ ਕਰਿਆ ਕਰ, ਚੱਲ ਤਾਂ ਕੁੱਟ। ਉਸਤਾਦ ਜੀ ਇਹ ਲੱਤਾਂ ਪਹਿਲਾਂ ਵੀ ਕਿਸੇ ਨੇ ਕੁੱਟੀਆਂ ਸੀ? ਨਹੀਂ, ਕਿਉਂ ਨਹੀਂ? ਪਰ ਇਹ ਕੁੱਟੀਆਂ ਕੁੱਟੀਆਂ ਕਿਉਂ ਲੱਗਣ ਡੀਆਂ? ਮੇਰੇ ਲਾਲ, ਤੇਰੇ ਤੋਂ ਸਵਾ ਮੇਰੀਆਂ ਲੱਤਾਂ ਹੋਰ ਕੌਣ ਕੁੱਟ ਸਕਦਾ? ਕੋਤਰਮਨਾਥ ਮੈਂ ਹਾਜ਼ਰ ਹਾਂ ਮੇਰੇ ਆਕਾ, ਕੀ ਹੁਕਮ ਹੈ? ਮੈਂ ਤੈਨੂੰ ਜਿਸ ਮਕਸਦ ਲਈ ਲਿਆਂਦਾ ਸੀ ਉਹ ਮਕਸਦ ਪੂਰਾ ਹੋਇਆ ਕਿ ਨਹੀਂ? ਮੇਰੇ ਆਕਾ, ਹੌਲੀ ਹੌਲੀ ਕਰਕੇ ਸਾਰੇ ਪਿੰਡ ਦੇ ਲੋਕ ਮੇਰੇ ਵੱਲ ਖਿੱਚੇ ਚਲੇ ਆ ਰਹੇ ਨੇ। ਮੈਨੂੰ ਪਿੰਡ ਨਾਲ ਕੋਈ ਵਾਸਤਾ ਨਹੀਂ, ਮੈਨੂੰ ਤੇ ਬਸ ਵਰਪਾਕ ਸਿੰਘ ਦਾ ਉਹ ਭਗਤ ਚਾਹੀਦਾ ਹੈ ਅਜੀਤ, ਜਿਸ ਦੀ ਬਲੀ ਦੇ ਕੇ ਮੈਂ ਸਰਵ ਸ਼ਕਤੀਮਾਨ ਹੋ ਜਾਵਾਂਗਾ, ਆਜ਼ਾਦ ਹੋ ਜਾਵਾਂਗਾ। ਮੈਨੂੰ ਕੁਝ ਕੁ ਦਿਨਾਂ ਦੀ ਮੌਲਤ ਦਿਓ ਮੇਰੇ ਆਕਾ, ਉਹ ਭਗਤ ਤੁਹਾਡੇ ਚਰਨਾਂ ਚ ਹੋਏਗਾ। ਪੂਰਨਮਾਸ਼ੀ ਤੋਂ ਪਹਿਲਾਂ ਮੈਨੂੰ ਉਸ ਭਗਤ ਦੀ ਬਲੀ ਚਾਹੀਦੀ ਹੈ, ਲੱਗੀ ਸਮਝ? ਜੋ ਹੁਕਮ ਮੇਰੇ ਆਕਾ। ਮੇਰੀਆਂ ਸ਼ਕਤੀਆਂ ਤੇਰੇ ਨਾਲ, ਜਾ ਉਹ ਜੀਤ ਦੀ ਬਲੀ ਦੇ ਕੇ ਮੈਨੂੰ ਛੇਤੀ ਤੋਂ ਛੇਤੀ ਮੁਕਤ ਕਰਾ, ਜਾ ਕੋਤਰਮਨਾਥ ਜਾ। ਚੇਲਿਆ ਜੀ। ਉਸਤਾਦ, ਉਸ ਭਗਤ ਨੂੰ ਹਾਸਲ ਕਰਨ ਲਈ ਸਾਨੂੰ ਕੋਈ ਨਾ ਕੋਈ ਮੋਹਰਾ ਜ਼ਰੂਰ ਲੱਭਣਾ ਪਏਗਾ। ਆਖਰ ਕਿੱਥੇ ਮਿਲੇਗਾ ਉਹ ਮੋਹਰਾ? ਬਾਬਾ ਜੀ, ਜੈ ਹੋ। ਦੱਸ ਬੱਚਾ, ਤੈਨੂੰ ਕੀ ਚਾਹੀਦਾ? ਬਾਬਾ ਜੀ,
बड़ी लोक छुप के आई मैं तुहाडे कोल, बड़ा ना सुनिया मैं तुहाडा। बाबा जी मेरी भी मुराद पूरी कर दिओ। की मुराद है तेरी? बाबा जी किन्ने सालों तो बच्चे लिए तरस रही हूं मैं, मैनू पता है जरूर मेरी जठानी ने मैनू कुछ किया। उंज तो दोवे जी वड्डे भक्त बने फिरते ने, घर वाला ओदा कीर्तन सुना सुना के लोगों नू मगर लाई फिरता। पापी किसे थां दा? अच्छा की नाम है तेरे जेठ दा? अजीत। अजीत? आहो अजीत, किते ओही अजीत ते नहीं जेड़ा वटपाक सिंह दा भगत है? हां जी बाबा जी, हां जी ओही ओही है बाबा जी। तुम तो सब कुछ पता बाबा जी, तुसी ते जानी जान बाबा जी। वाह वाह बाबा जी वाह। तू फिकर ना कर बच्चा, फिकर ना कर, असी सब ठीक कर देंगे, सब ठीक कर देंगे असी। पापा जी कोई एहो जी चीज दे जिदे नाल मेरे घर का बच्चा हो जाए पर मेरी जठानी दे घर बच्चा ना होवे। सारी उम्र तरसती रवे बच्चे नू, तां ठंड पैनी जे मैनू। एदा ही होएगा बच्चा, एदा ही होएगा, जिदा तू चाहनी है ओदा ही होएगा। चलिया आ ले फड़ दुध च कोल के अपनी जठानी नू पिया दई, फिर वेखी साडा कमाल। ठीक है बाबा जी, मैं इदा ही करांगी। ठीक है, जय हो बाबा जी दी, जय हो बाबा जी दी, जय हो, जय हो बाबा जी, जय हो। इनू कहंदे ही एक तीर नाल दो निशाने, अजीत सिंह नू अपनी घरवाली दी जान बचाउन लई साडी शरण च आउणा ही पएगा। क्यों चलिया? वाह उस्ताद जी। दलजीत, ओ दलजीत करे हो? आजो भाभी आजो, लंघो। ले दलजीत प्रसाद ले आई। ले सकती तू भी? ले आओ जी, प्रसाद ते किस्मत वालिया नु मिलदा, तू इनू सच्चे मन नाल खाई बाबा जी तेरी सुन्नी कुख नु जरूर पाग लाउणगे। मैं तो अगे भी सच्चे मन नाल ही खानी हूं, हुण भी जरूर खावांगी। चंगा मैं चलती हूं। आजो भाभी रोटी खा के चले जाए। ना अजे ते मैं सारे पिंड च प्रसाद वंडना है, तू खा। अब प्रसाद फड़ाओ इधर। क्यों फड़ाओ ते सही। ਪ੍ਰਸ਼ਾਦ ਕਿੱਥੇ? ਸੁੱਟਾ ਹੀ ਨਾਲੀ ਚ। ਤੇਰਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ? ਅਜੇ ਤੱਕ ਤੇ ਖਰਾਬ ਨਹੀਂ ਹੋਇਆ, ਪਰ ਇਹਦਾ ਪ੍ਰਸ਼ਾਦ ਖਾ ਖਾ ਕੇ ਇੱਕ ਦਿਨ ਖਰਾਬ ਜ਼ਰੂਰ ਹੋ ਜਾਏਗਾ। ਵੱਡੀ ਭਗਤਣੀ ਬੜੀ ਫਿਰਦੀ ਹੈ, ਜਾਦੂ ਕਰਨੀ ਹੈ ਇੱਕ ਨੰਬਰ ਦੀ। ਆ ਜਾਂਦੀ ਹੈ ਮੂੰਹ ਚੁੱਕ ਕੇ, ਅਖੀ ਸੱਤੀ ਇਹਨੂੰ ਪੂਰੇ ਸੱਚੇ ਮਨ ਨਾਲ ਖਾਈ, ਬਾਬਾ ਜੀ ਤੇਰੀ ਸੁੰਨੀ ਕੁੱਖ ਨੂੰ ਭਾਗ ਜ਼ਰੂਰ ਲਾਉਣਗੇ। ਨਾ ਬਾਬਾ ਇਹਦੀ ਸੁੰਨੀ ਕੁੱਖ ਨੂੰ ਤੇ ਭਾਗ ਲਾ ਨਾ ਸਕਿਆ। ਲੋਕਾਂ ਨੂੰ ਪੁੱਤ ਵੰਡਦੀ ਫਿਰਦੀ ਹੈ, ਬਾਂਜ ਕਿਸੇ ਥਾਂ ਦੀ। ਸੱਤੀ ਤੈਨੂੰ ਵੱਡੇ ਛੋਟੇ ਦੀ ਤਮੀਜ਼ ਹੈ ਕਿ ਨਹੀਂ? ਭਾਬੀ ਇਹ ਮੇਰੀ ਜਠਾਣੀ ਹੈ ਤੇਰੀ। ਨਾ ਇਹੋ ਜੀ ਜਠਾਣੀ ਨੂੰ ਚੁੱਲ੍ਹੇ ਚ ਡਾਵਾਂ ਮੈਂ, ਜਿਹੜੀ ਆਪਣੀ ਦਰਾਣੀ ਦਾ ਘਰ ਤਬਾਹ ਕਰਨ ਤੇ ਤੁਲੀ ਹੋਈ ਹੈ। ਮੈਂ ਦੱਸ ਦਿੰਦੀ ਤੁਹਾਨੂੰ, ਜਦੋਂ ਤੱਕ ਇਸ ਬਾਜ ਦਾ ਸਾਇਆ ਸਾਡੇ ਸਿਰ ਤੇ ਰਹੇਗਾ ਨਾ, ਅਸੀਂ ਵੀ ਬੇਔਲਾਦੇ ਰਹਿਣਾ ਜੀ। ਬਸ ਕਰ ਸੱਤੀ ਬਸ ਕਰ, ਤੈਨੂੰ ਰੱਬ ਦਾ ਵਾਸਤਾ ਹੀ ਬਸ ਕਰ।
लखा दिया